ਫੇਰ ਨੰਬਰ 131 ਬਟਾ ਆਪਣਾ 10/4/24 ਇੱਕ ਕੇਸ ਰਜਿਸਟਰ ਕੀਤਾ ਗਿਆ ਅੰਡਰ ਸੈਕਸ਼ਨ 42-52 ਪ੍ਰਿਜਨ ਐਕਟ। ਇਹ ਜੀ ਕਵਰਿੰਦਰ ਸਿੰਘ ਨਾਂ ਦਾ ਇੱਕ ਵਿਅਕਤੀ ਆ ਜਿਹੜਾ ਇੱਧਰ ਫਿਰੋਜ਼ਪੁਰ ਡਿਸਟ੍ਰਿਕਟ ਪਿੰਡ ਵਰਿਆਂ ਦਾ ਰਹਿਣ ਵਾਲਾ ਹੈਗਾ। ਇਹਦੀ ਇੱਕ ਵੀਡੀਓ ਅਪਲੋਡ ਹੋਈ ਹੈ ਜੀ, ਜਿਹੜੀ ਇਹਦੀ ਇੰਸਟਾ ਆਈ ਡੀ ਇਸ ਮੁੰਡੇ ਦੀ ਆ। ਤਾਂ ਇਹ ਜੇਲ੍ਹ ਡਿਪਾਰਟਮੈਂਟ ਵੱਲੋਂ ਸਾਨੂੰ ਇੱਕ ਪੱਤਰ ਰਿਸੀਵ ਹੋਇਆ, ਅਸੀਂ ਕੇਸ ਰਜਿਸਟਰ ਕੀਤਾ ਜੀ। ਹੁਣ ਨੈਕਸਟ ਇਹਨੇ ਆਪਣੀ ਉਹਦੇ ਵਿੱਚ ਵੱਖ ਵੱਖ ਜੇਲ੍ਹਾਂ ਦੀਆਂ ਜਿਹੜੀਆਂ ਐਕਟੀਵਿਟੀਆਂ ਦਿਖਾਈਆਂ। ਇਹ ਜਿੱਕ ਫਰੀਦਕੋਟ ਦੇ ਜੇਲ੍ਹ ਦੀ ਵੀ ਜਿਹੜੀ ਵੀਡੀਓ ਹੈਗੀ ਆ। ਤਾਂ ਹੁਣ ਇਹਦੀ ਜੀ ਇਹਨੇ ਜੋ 25/10/23 ਨੂੰ ਇਹ ਅਪਲੋਡ ਕੀਤੀ ਗਈ ਸੀ, ਉਸ ਟਾਈਮ ਇਹ ਜੇਲ੍ਹ 'ਚ ਨਹੀਂ ਸੀਗਾ। ਹੁਣ ਇਹ ਅਸੀਂ ਇਹਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਜੀ ਇਹ ਸਾਰੀ ਪੁੱਛਗਿੱਛ ਕਰਕੇ ਨੈਕਸਟ ਕਾਰਵਾਈ ਕਰਾਂਗੇ, ਕੇਸ ਰਜਿਸਟਰ ਕਰਤਾ ਜੀ। ਫੇਅਰ ਨੰਬਰ 131 ਬਟਾ ਆਪਣਾ 10/4/24 ਇੱਕ ਕੇਸ ਰਜਿਸਟਰ ਕੀਤਾ ਗਿਆ ਅੰਡਰ ਸੈਕਸ਼ਨ 42-52 ਪ੍ਰਿਜਨ ਐਕਟ। ਇਹ ਜੀ ਕਵਰਿੰਦਰ ਸਿੰਘ ਨਾਂ ਦਾ ਇੱਕ ਵਿਅਕਤੀ ਆ ਜਿਹੜਾ ਇੱਧਰ ਫਿਰੋਜ਼ਪੁਰ ਡਿਸਟ੍ਰਿਕਟ ਪਿੰਡ ਵਰਿਆਂ ਦਾ ਰਹਿਣ ਵਾਲਾ ਹੈਗਾ। ਇਹਦੀ ਇੱਕ ਵੀਡੀਓ ਅਪਲੋਡ ਹੋਈ ਹੈ ਜੀ, ਜਿਹੜੀ ਇਹਦੀ ਇੰਸਟਾ ਆਈ ਡੀ ਇਸ ਮੁੰਡੇ ਦੀ ਆ। ਤਾਂ ਇਹ ਜੇਲ੍ਹ ਡਿਪਾਰਟਮੈਂਟ ਵੱਲੋਂ ਸਾਨੂੰ ਇੱਕ ਪੱਤਰ ਰਿਸੀਵ ਹੋਇਆ, ਅਸੀਂ ਕੇਸ ਰਜਿਸਟਰ ਕੀਤਾ ਜੀ। ਹੁਣ ਨੈਕਸਟ ਇਹਨੇ ਆਪਣੀ ਉਹਦੇ ਵਿੱਚ ਵੱਖ ਵੱਖ ਜੇਲ੍ਹਾਂ ਦੀਆਂ ਜਿਹੜੀਆਂ ਐਕਟੀਵਿਟੀਆਂ ਦਿਖਾਈਆਂ। ਇਹ ਜਿੱਕ ਫਰੀਦਕੋਟ ਦੇ ਜੇਲ੍ਹ ਦੀ ਵੀ ਜਿਹੜੀ ਵੀਡੀਓ ਹੈਗੀ ਆ। ਤਾਂ ਹੁਣ ਇਹਦੀ ਜੀ ਇਹਨੇ ਜੋ 25/10/23 ਨੂੰ ਇਹ ਅਪਲੋਡ ਕੀਤੀ ਗਈ ਸੀ, ਉਸ ਟਾਈਮ ਇਹ ਜੇਲ੍ਹ 'ਚ ਨਹੀਂ ਸੀਗਾ। ਹੁਣ ਇਹ ਅਸੀਂ ਇਹਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਜੀ ਇਹ ਸਾਰੀ ਪੁੱਛਗਿੱਛ ਕਰਕੇ ਨੈਕਸਟ ਕਾਰਵਾਈ ਕਰਾਂਗੇ, ਕੇਸ ਰਜਿਸਟਰ ਕਰਤਾ ਜੀ। Thank you.